श्रोमणी अकाली दल दे प्रधान सुखबीर सिंह बादल अज उचेचे तौर ते सिविल हस्पताल श्री मुक्तसर साहिब विखे पहुंचे ने। बीती कल अकाली दल दे सीनियर वर्कर अते आम आदमी पार्टी दे वर्करां दे विचकार एक राजीनामे नूं लैके थाना सिटी श्री मुक्तसर साहिब विखे इकट्ठे होए सन। ਅਤੇ ਕਿਸੇ ਗੱਲ ਨੂੰ ਲੈ ਕੇ ਦੋਹਾਂ ਪਾਰਟੀਆਂ ਦੇ ਵਰਕਰਾਂ ਦੇ ਵਿਚਕਾਰ ਲੜਾਈ ਵਧੀ ਸੀ ਸੋ ਜਿਸ ਨੂੰ ਲੈ ਕੇ ਇੱਕ ਦੂਜੇ ਦੇ ਉੱਪਰ ਤੰਚ ਕਸਦੇ ਹੋਏ ਨਜ਼ਰ ਆਏ ਨੇ। ਥਾਣਾ ਸਿਟੀ ਦੇ ਬਾਹਰ ਆ ਕੇ ਆਪਸ ਦੇ ਵਿੱਚ ਹੱਥੋਂ ਪਾਈ ਹੋਈ ਸਨ, ਜਿਸ ਦੇ ਵਿੱਚ ਪੂਰਨ ਸਿੰਘ ਸਾਬਕਾ ਸਰਪੰਚ ਪਿੰਡ ਲੰਡੇ ਰੋਡ ਦੀ ਦਸਤਾਰ ਲੱਥ ਗਈ ਸੀ ਅਤੇ ਪੂਰਨ ਸਿੰਘ ਦੀ ਦਾੜੀ ਦੇ ਕੁਝ ਵਾਲ ਖਿੱਚੇ ਗਏ ਸਨ, ਜਿਸ ਨੂੰ ਲੈ ਕੇ ਪੂਰਨ ਸਿੰਘ ਸਾਬਕਾ ਸਰਪੰਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਦੇ ਲਈ ਦਾਖਲ ਹੋਇਆ ਸੀ। ਜਿਸ ਦਾ ਪਤਾ ਲੈਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ। ਸੋ ਇਸੇ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਨਿਕੰਮੀ ਸਰਕਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਲੀਡਰ ਪੰਜਾਬ ਦੇ ਵਿਚ ਲੋਕਾਂ ਤੇ ਅਕਾਲੀ ਦਲ ਦੇ ਲੀਡਰਾਂ ਤੇ ਲੜਾਈ ਝਗੜੇ ਕਰਕੇ ਝੂਠੇ ਪਰਚੇ ਕਰਵਾ ਰਹੇ ਨੇ, ਡਰਾ ਧਮਕਾ ਕੇ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲ ਹੋਣ ਦੇ ਲਈ ਕਿਹਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਇੱਥੋਂ ਦੇ ਆ MLA ਤੇ ਸਾਰੇ ਵਰਕਰ ਬਹੁਤ ਜ਼ਿਆਦਾ ਗੁੰਡਾਗਰਦੀ ਕਰ ਰਹੇ ਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪੂਰਨ ਸਿੰਘ ਜੀ ਥਾਣੇ 'ਚ ਗਏ ਲੋਕਾਂ ਨੂੰ ਇਨਸਾਫ ਦਿਲਾਉਣ ਵਾਸਤੇ, ਅਤੇ ਉੱਥੇ ਹੀ ਉਹਨਾਂ ਨੂੰ ਥਾਣੇ ਦੇ ਵਿੱਚ ਪੁਲਿਸ ਦੇ ਸਾਹਮਣੇ ਏਐਸਆਈ ਬਲਦੇਵ ਸਿੰਘ ਨੇ ਉਹਨੂੰ ਕੁੱਟਿਆ। ਉਹਦੇ ਸੋਹਰੇ ਸਾਹਮਣੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਉਹਨਾਂ ਨੂੰ ਕੁੱਟਿਆ, ਦਾੜੀ ਪੱਟੀ, ਅਤੇ ਹੈਰਾਨੀ ਦੀ ਗੱਲ ਹੈ ਪੁਲਿਸ ਪਰਚਾ ਦੇਣ ਨੂੰ ਤਿਆਰ ਨਹੀਂ। ਆਹ ਤਾਂ ਪ੍ਰੈਸ਼ਰ ਪਿਆ ਲੋਕਾਂ ਦਾ ਅਤੇ ਥੋੜ੍ਹਾ ਪਰਚਾ ਦਿਆ, ਪਰ 295 ਜਿਹੜੀ ਦਾੜੀ ਪੁੱਟਣ ਦਾ ਜਿਹੜਾ ਹੈਗਾ, ਆਹ ਤਾਂ ਭਾਰੋਮਾ ਦੀ ਬੇਅਦਬੀ ਕੀਤੀ ਗਈ ਹੈ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਦੇਖੋ, ਮੈਂ ਪੰਜਾਬ ਪੁਲਿਸ ਨੂੰ ਅਫਸਰਾਂ ਸਭ ਬੇਨਤੀ ਕਰਨਾ ਚਾਹੁੰਦਾ, ਇਨਸਾਫ ਦਿਓ। ਅੱਜ ਤੱਕ ਜੋ ਹਾਲਾਤ ਹੈ ਪੰਜਾਬ ਦੇ, ਗੁੰਡਾਗਰਦੀ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈ ਲੁੱਟਣ ਤੇ ਲੋਕ ਲੱਗੇ ਆ, ਝੂਠੇ ਪਰਚੇ ਕਰਾਉਣ ਤੇ ਲੱਗੇ ਆ, ਡਰਾਉਣ ਤੇ ਲੱਗੇ ਆ। ਆਹ ਸੋਚਦੇ ਆ ਕਿ ਝੂਠੇ ਪਰਚੇ ਕਰਕੇ ਡਰਾ ਕੇ ਕੁੱਟ ਕੇ ਅਸੀਂ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ। ਐ ਨਹੀਂ ਜੁੜਦੇ ਲੋਕ, ਜਿੰਨਾ ਤੁਸੀਂ ਧੱਕਾ ਕਰੋਗੇ ਓਨੇ ਪੰਜਾਬੀ ਤੁਹਾਡੇ ਖਿਲਾਫ ਹੋਰ ਹੋਣਗੇ। 19,000 ਕਰੋੜ ਨਹੀਂ, 50,000 ਕਰੋੜ ਤੇ ਪਹੁੰਚ ਗਏ। ਥੈਂਕ ਯੂ।